ਮਾਂ ਹੁੰਦੀ ਆ ਮਾਂ ਉਹ ਦੁਨੀਆਂ ਵਾਲਿਓ, ਮਾਂ ਹੇਠਾਂ ਨੜੀਸ਼ਾਂ ਉਹ ਦੁਨੀਆਂ ਵਾਲਿਓ, ਮਾਂ ਬਿਨਾਂ ਨਾ ਕੋਈ ਲਾੜ ਲੜਾਉਂਦਾ, ਰੋਂਦਿਆਂ ਨੂੰ ਨਾ ਚੁੱਪ ਕਰਾਉਂਦਾ, ਖੋਹ ਲੈਂਦੇ ਟੁੱਕ ਕਾਂ ਇਹ ਦੁਨੀਆਂ ਵਾਲਿਓ, ਮਾਂ ਹੁੰਦੀ ਆ ਮਾਂ ਉਹ ਦੁਨੀਆਂ ਵਾਲਿਓ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਦੋਸਤ ਜਗਮੀਤ ਬਰਾੜਤੇ ਜੀ, ਲੈ ਕੇ ਅੱਜ ਹਾਜ਼ਰ ਹੋਇਆ ਇੱਕ ਐਸੇ ਹੀ ਮਹਾਨ ਕਲਾਕਾਰ ਦੀ ਬਾਇਓਗ੍ਰਾਫੀ, ਜਿਸ ਨੇ ਲਗਭਗ ਆਪਣਾ ਸਾਰੇ ਦਾ ਸਾਰਾ ਜੀਵਨ ਹੀ ਪੰਜਾਬੀ ਮਾਂ ਬੋਲੀ ਲਈ, ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਸਮਰਪਿਤ ਕਰਤਾ। ਉਹਨਾਂ ਨੇ ਬਹੁਤ ਹੀ ਮੀਨਿੰਗਫੁੱਲ ਅਤੇ ਸੋਹਣੇ ਸੋਹਣੇ ਗਾਣੇ ਜਿਹੜੇ ਪੰਜਾਬੀਆਂ ਦੀ ਝੋਲੀ ਵਿੱਚ ਪਾਏ, ਜਿਨ੍ਹਾਂ ਨੂੰ ਲੋਕ ਜ਼ਿਆਦਾਤਰ ਕਲੀਆਂ ਦਾ ਬਾਦਸ਼ਾਹ ਦੇ ਨਾਮ ਨਾਲ ਵੀ ਜਾਣਦੇ ਨੇ। ਹਾਂਜੀ, ਮੇਰੀ ਮੁਰਾਦ ਹੈ ਕੁਲਦੀਪ ਮਾਣਕ ਸਾਹਿਬ। ਸੋ ਦੋਸਤੋ, ਆਪਾਂ ਅੱਜ ਕੁਲਦੀਪ ਮਾਣਕ ਜੀ ਦੀ ਤੁਹਾਡੇ ਨਾਲ ਬਾਇਓਗ੍ਰਾਫੀ ਸ਼ੇਅਰ ਕਰਾਂਗੇ, ਉਹਨਾਂ ਦੇ ਜੀਵਨ ਬਾਰੇ ਆਪਾਂ ਗੱਲਬਾਤ ਕਰਾਂਗੇ, ਉਹਨਾਂ ਨੇ ਲਾਈਫ ਵਿੱਚ ਕੀ ਸੰਘਰਸ਼ ਕੀਤਾ, ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗੇ। ਪਰ ਉਸ ਤੋਂ ਪਹਿਲਾਂ ਦੋਸਤੋ, ਮੈਂ ਤੁਹਾਨੂੰ ਇਹ ਫਰਮਾਇਸ਼ ਜ਼ਰੂਰ ਕਰੂੰਗਾ, ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੋਲੀ ਬਾਬਾ ਅਜੇ ਤੱਕ ਵੀ ਨਹੀਂ ਸਬਸਕ੍ਰਾਈਬ ਕੀਤਾ, ਤਾਂ ਇਸ ਵੀਡੀਓ ਦੇ ਨੀਚੇ ਜਿਹੜਾ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ, ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਅਤੇ ਮਿੱਠਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਲਈ ਅੱਗੇ ਵੀ ਲੈ ਕੇ ਆਉਂਦਾ ਰਹੂੰਗਾ। ਦੋਸਤੋ, ਇਸ ਵੀਡੀਓ ਦੀ ਫਰਮਾਇਸ਼ ਕੀਤੀ ਸੀ ਹੈਪੀ ਕੋਟਲਾ ਜੀ, ਦਿਲਪ੍ਰੀਤ ਸਿੰਘ ਅਤੇ ਡੀ ਆਸਟ੍ਰੇਲੀਆ। ਸੋ ਦੋਸਤੋ, ਮੈਨੂੰ ਉਮੀਦ ਹੈ ਕਿ ਇਹ ਜ਼ਰੂਰ ਖੁਸ਼ ਹੋਣਗੇ ਅਤੇ ਇਸ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਗੇ। ਦੋਸਤੋ, ਤੁਹਾਡਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ, ਹੁਣ ਆਪਾਂ ਕੁਲਦੀਪ ਮਾਣਕ ਸਾਹਿਬ ਦੇ ਜੀਵਨ 'ਤੇ ਇੱਕ ਝਾਤ ਮਾਰਦੇ ਹਾਂ। ਕੁਲਦੀਪ ਮਾਣਕ ਸਾਹਿਬ ਦਾ ਜਨਮ 15 ਨਵੰਬਰ 1951 ਨੂੰ ਪਿਤਾ ਨਿੱਕਾ ਖਾਨ ਦੇ ਘਰ ਪਿੰਡ ਜਲਾਲ, ਜ਼ਿਲ੍ਹਾ ਬਠਿੰਡਾ, ਪੰਜਾਬ ਵਿਖੇ ਹੋਇਆ। ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਦਾ ਨਾਮ ਰੱਖਿਆ ਲਤੀਫ ਮੁਹੰਮਦ। ਜਿਵੇਂ ਕਿ ਕੁਲਦੀਪ ਮਾਣਕ ਸਾਹਿਬ ਨੂੰ ਬਚਪਨ ਤੋਂ ਹੀ ਗਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਅਤੇ ਉਹਨਾਂ ਦੀ ਆਵਾਜ਼ ਬਹੁਤ ਜ਼ਿਆਦਾ ਸੁਰੀਲੀ ਸੀ। ਜਦੋਂ ਉਹ ਪਿੰਡ ਦੇ ਸਕੂਲ ਜਲਾਲ ਗਵਰਨਮੈਂਟ ਹਾਈ ਸਕੂਲ ਵਿੱਚ ਪੜ੍ਹ ਰਹੇ ਸਨ, ਤਾਂ ਉਹਨਾਂ ਦੇ ਸਕੂਲ ਵਿੱਚ ਇੱਕ ਪ੍ਰਾਈਜ਼ ਡਿਸਟ੍ਰੀਬਿਊਸ਼ਨ ਫੰਕਸ਼ਨ ਹੋਇਆ ਸੀ ਅਤੇ ਇਸੇ ਫੰਕਸ਼ਨ ਵਿੱਚ ਹੀ ਉਸ ਸਮੇਂ ਦੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਨ ਸਰਦਾਰ ਪ੍ਰਤਾਪ ਸਿੰਘ ਕੈਰੋਂ ਜੀ ਵੀ ਪਹੁੰਚੇ ਅਤੇ ਉਹਨਾਂ ਨੇ ਜਦੋਂ ਉਸ ਫੰਕਸ਼ਨ ਵਿੱਚ ਕੁਲਦੀਪ ਮਾਣਕ ਸਾਹਿਬ ਦੀ ਆਵਾਜ਼ ਸੁਣੀ ਤਾਂ ਉਹਨਾਂ ਨੇ ਉਹਨਾਂ ਦੇ ਨਾਮ ਲਤੀਫ ਮੁਹੰਮਦ ਤੋਂ ਉਹਨਾਂ ਦਾ ਨਾਮ ਕੁਲਦੀਪ ਮਾਣਕ ਰੱਖ ਦਿੱਤਾ ਅਤੇ ਫਿਰ ਅੱਗੇ ਜਾ ਕੇ ਲਤੀਫ ਮੁਹੰਮਦ ਕੁਲਦੀਪ ਮਾਣਕ ਦੇ ਨਾਮ ਨਾਲ ਹੀ ਜਾਣਿਆ ਜਾਣ ਲੱਗਿਆ ਅਤੇ ਉਹ ਪੂਰੇ ਜਿਹੜੇ ਦੇਸ਼ ਵਿੱਚ ਫੇਮਸ ਹੋ ਗਿਆ। ਦੋਸਤੋ, ਹੁਣ ਆਪਾਂ ਕੁਲਦੀਪ ਮਾਣਕ ਸਾਹਿਬ ਦੇ ਪਰਿਵਾਰ ਬਾਰੇ ਗੱਲ ਕਰਦੇ ਹਾਂ। ਕੁਲਦੀਪ ਮਾਣਕ ਸਾਹਿਬ ਦੇ ਦੋ ਬ੍ਰਦਰ ਸਨ, ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਸੀ ਸਦੀਕੀ, ਜੋ ਕਿ ਇੱਕ ਬਹੁਤ ਹੀ ਵਧੀਆ ਡਿਵੋਸ਼ਨਲ ਸਿੰਗਰ ਸੀ, ਅਤੇ ਦੂਸਰੇ ਦਾ ਨਾਮ ਸੀ ਰਫੀਕ। ਅਤੇ ਦੋਸਤੋ, ਜੇ ਆਪਾਂ ਉਹਨਾਂ ਦੇ ਪਰਿਵਾਰ ਦੀ ਬੈਕਗ੍ਰਾਊਂਡ ਦੀ ਗੱਲ ਕਰੀਏ ਤਾਂ ਕੁਲਦੀਪ ਮਾਣਕ ਸਾਹਿਬ ਦੇ ਜਿਹੜੇ ਵੱਡੇ ਵਡੇਰੇ ਸਨ ਉਹ ਬਹੁਤ ਹੀ ਵਧੀਆ ਹਜੂਰੀ ਰਾਗੀ ਸਨ, ਉਹ ਬਹੁਤ ਹੀ ਵਧੀਆ ਕਥਾ ਕੀਰਤਨ ਕਰਦੇ ਸੀ ਅਤੇ ਉਹ ਉਹਨਾਂ ਦੇ ਜਿਹੜੇ ਕਥਾ ਕੀਰਤਨ ਨੂੰ ਮਹਾਰਾਜਾ ਹੀਰਾ ਸਿੰਘ, ਜੋ ਕਿ ਨਾਭੇ ਦੇ ਮਹਾਰਾਜਾ ਸੀ, ਉਹ ਵੀ ਬਹੁਤ ਜ਼ਿਆਦਾ ਪਸੰਦ ਕਰਦੇ ਸਨ। ਦੋਸਤੋ, ਕੁਲਦੀਪ ਮਾਣਕ ਸਾਹਿਬ ਨੇ ਸਰਬਜੀਤ ਜੀ ਨਾਲ ਮੈਰਿਜ ਕਰਵਾਈ ਸੀ ਅਤੇ ਮੈਰਿਜ ਤੋਂ ਬਾਅਦ ਉਹਨਾਂ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ। ਉਹਨਾਂ ਦੇ ਬੇਟੇ ਦਾ ਨਾਮ ਹੈ ਯੁੱਧਵੀਰ ਮਾਣਕ ਅਤੇ ਉਹਨਾਂ ਦੀ ਬੇਟੀ ਦਾ ਨਾਮ ਹੈ ਸ਼ਕਤੀ ਮਾਣਕ। ਜੋ ਯੁੱਧਵੀਰ ਮਾਣਕ ਨੇ ਉਹ ਵੀ ਬਹੁਤ ਵਧੀਆ ਸਿੰਗਰ ਨੇ। ਕੁਲਦੀਪ ਮਾਣਕ ਸਾਹਿਬ ਨੇ ਉਸਤਾਦ ਧਾਰਿਆ ਸੀ ਖੁਸ਼ੀ ਮੁਹੰਮਦ ਕਾਵਲ ਨੂੰ, ਜੋ ਕਿ ਪਿੰਡ ਭੁੱਟੀਵਾਲਾ ਦੇ ਰਹਿਣ ਵਾਲੇ ਸਨ ਅਤੇ ਇਹ ਪਿੰਡ ਮੁਕਤਸਰ ਸਾਹਿਬ ਵਿੱਚ ਪੈਂਦਾ ਹੈ। ਅਤੇ ਦੋਸਤੋ, ਕੁਲਦੀਪ ਮਾਣਕ ਸਾਹਿਬ ਲਗਭਗ 15-16 ਸਾਲ ਦੀ ਉਮਰ ਦੇ ਸਨ ਜਦੋਂ ਉਹਨਾਂ ਦਾ ਪਹਿਲਾ ਸੌਂਗ ਜਿਹੜਾ ਰਿਕਾਰਡ ਹੋ ਗਿਆ ਸੀ। ਵੈਸੇ ਤਾਂ ਜਿਵੇਂ ਆਪਾਂ ਜਾਣਦੇ ਹਾਂ ਕਿ ਕੁਲਦੀਪ ਮਾਣਕ ਸਾਹਿਬ ਆਪਣੇ ਬਚਪਨ ਵਿੱਚ ਬਠਿੰਡੇ ਰਹਿੰਦੇ ਸਨ, ਪਰ ਉਹ ਆਪਣੇ ਸਿੰਗਿੰਗ ਕਰੀਅਰ ਨੂੰ ਅੱਗੇ ਵਧਾਉਣ ਲਈ ਉਹ ਬਠਿੰਡਾ ਛੱਡ ਕੇ ਲੁਧਿਆਣਾ ਚਲੇ ਗਏ ਸਨ ਅਤੇ ਉਹਨਾਂ ਨੇ ਲੁਧਿਆਣਾ ਜਾ ਕੇ ਉਸ ਸਮੇਂ ਦੇ ਬਹੁਤ ਹੀ ਜਿਹੜੇ ਵਧੀਆ ਕਲਾਕਾਰ ਸਨ ਹਰਚਰਨ ਗਰੇਵਾਲ ਅਤੇ ਸੀਮਾ ਜੀ, ਉਹਨਾਂ ਨਾਲ ਆਪਣੀ ਜੋੜੀ ਬਣਾਈ ਅਤੇ ਉਹਨਾਂ ਨੇ ਉਹਨਾਂ ਨਾਲ ਕਾਫੀ ਸਾਰੇ ਗਾਣੇ ਵੀ ਗਾਏ। ਫਿਰ ਦੋਸਤੋ, ਉਹਨਾਂ ਨੇ ਜਿਹੜਾ ਪਹਿਲਾ ਗਾਣਾ ਆਪਣਾ ਰਿਕਾਰਡ ਕਰਾਇਆ ਸੀਗਾ ਉਹ ਦਿੱਲੀ ਗਏ ਸੀ। ਦਿੱਲੀ ਦੀ ਇੱਕ ਕੰਪਨੀ ਨੇ ਜਦੋਂ ਮਾਣਕ ਸਾਹਿਬ ਦੀ ਆਵਾਜ਼ ਸੁਣੀ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆਈ ਅਤੇ ਉਹਨਾਂ ਨੇ ਜਿਹੜਾ ਪਹਿਲਾ ਗਾਣਾ ਰਿਕਾਰਡ ਕਰਾਇਆ ਸੀ ਜੀਜਾ ਅੱਖੀਆਂ ਨਾ ਮਾਰਵੇ ਮੈਂ ਕੱਲ੍ਹ ਦੀ ਕੁੜੀ, ਇਸ ਗਾਣੇ ਨੂੰ ਬਾਬੂ ਸਿੰਘ ਮਾਨ ਮਰਾੜਾ ਵਾਲਿਆਂ ਨੇ ਲਿਖਿਆ ਸੀ। ਫਿਰ 1968 ਵਿੱਚ ਜਦੋਂ ਉਹਨਾਂ ਦੀ 17 ਸਾਲ ਦੀ ਉਮਰ ਸੀ, ਉਹਨਾਂ ਨੇ ਆਪਣਾ ਇੱਕ ਗਾਣਾ ਰਿਕਾਰਡ ਕਰਾਇਆ ਸੀ ਸੀਮਾ ਨਾਲ ਅਤੇ ਉਹ ਗਾਣਾ ਸੀ ਲੌਂਗ ਕਰਾ ਮਿੱਤਰਾ ਮਛਲੀ ਪਾਉਣਗੇ ਮਾਪੇ, ਜਿਹੜਾ ਬਹੁਤ ਜ਼ਿਆਦਾ ਸੁਪਰ ਡੁਪਰ ਹਿੱਟ ਹੋਇਆ ਸੀ ਅਤੇ ਇਸ ਗਾਣੇ ਨਾਲ ਹੀ ਫਿਰ ਕੁਲਦੀਪ ਮਾਣਕ ਸਾਹਿਬ ਦੀ ਪਹਿਚਾਣ ਬਣ ਗਈ ਸੀ। ਇਸ ਤੋਂ ਬਿਨਾਂ ਵੀ ਦੋਸਤੋ ਬਹੁਤ ਸਾਰੇ ਜਿਹੜੇ ਗਾਣੇ ਆ ਮਾਣਕ ਸਾਹਿਬ ਦੇ ਸੁਪਰ ਡੁਪਰ ਹਿੱਟ ਹੋਏ, ਜਿਵੇਂ ਮਾਂ ਹੁੰਦੀ ਆ ਮਾਂ ਦੁਨੀਆਂ ਵਾਲਿਓ, ਫਿਰ ਤੇਰੇ ਟਿੱਲੇ ਤੋਂ ਸੂਰਤ ਦੀਂਦੀ ਆ ਹੀਰ ਦੀ, ਫਿਰ ਉਹਨਾਂ ਦੀ ਵਾਰ ਬਾਬਾ ਬੰਦਾ ਸਿੰਘ ਬਹਾਦਰ, ਫਿਰ ਜੈਮਲ ਫੱਤਾ, ਅਤੇ ਦੋਸਤੋ ਇਸ ਤੋਂ ਬਿਨਾਂ ਉਹਨਾਂ ਦਾ ਮਿਰਜ਼ਾ ਸੌਂਗ ਵੀ ਜਿਹੜਾ ਬਹੁਤ ਜ਼ਿਆਦਾ ਫੇਮਸ ਹੋਇਆ। ਦੋਸਤੋ, ਉਹਨਾਂ ਦੀਆਂ ਕਲੀਆਂ ਵੀ ਬੱਚੇ ਬੱਚੇ ਦੀ ਜ਼ੁਬਾਨ 'ਤੇ ਆ ਹੁਣ ਵੀ,
ਦੋਸਤੋ ਕੁਲਦੀਪ ਮਾਣਕ ਸਾਹਿਬ ਦੀ ਆਵਾਜ਼ ਵਿੱਚ ਲਗਭਗ 40 ਐਲਬਮ ਤੋਂ ਵੀ ਜ਼ਿਆਦਾ ਜਿਹੜੀਆਂ ਰਿਕਾਰਡ ਹੋਈਆਂ। ਜੇ ਆਪਾਂ ਉਹਨਾਂ ਦੇ ਸਿੰਗਲ ਟਰੈਕਸ ਦੀ ਗੱਲ ਕਰੀਏ ਤਾਂ ਉਹ ਵੀ ਬਹੁਤ ਜ਼ਿਆਦਾ ਸਨ। ਉਹਨਾਂ ਨੇ ਰਾਜਨੀਤੀ ਵਿੱਚ ਵੀ ਆਪਣੇ ਹੱਥ ਜਮਾਏ। ਉਹ ਪਾਰਲੀਮੈਂਟ ਇਲੈਕਸ਼ਨ ਵਿੱਚ 1996 ਵਿੱਚ ਆਜ਼ਾਦ ਉਮੀਦਵਾਰ ਬਠਿੰਡੇ ਤੋਂ ਖੜ੍ਹੇ ਹੋਏ ਸੀ, ਪਰ ਉਹ ਜਿਹੜਾ ਇਲੈਕਸ਼ਨ ਸੀ ਉਹ ਜਿੱਤ ਨਹੀਂ ਸਕੇ ਸੀ। ਦੋਸਤੋ ਬਚਪਨ ਵਿੱਚ ਕੁਲਦੀਪ ਮਾਣਕ ਸਾਹਿਬ ਨੂੰ ਸਿੰਗਿੰਗ ਦਾ ਸ਼ੌਂਕ ਤਾਂ ਸੀ ਹੀ, ਪਰ ਇਸ ਦੇ ਨਾਲ ਨਾਲ ਉਹ ਹਾਕੀ ਖੇਡਣ ਦੇ ਬਹੁਤ ਜ਼ਿਆਦਾ ਸ਼ੌਕੀਨ ਸਨ। ਉਹ ਆਪਣੇ ਪਿੰਡ ਦੇ ਜਿਹੜੇ ਸਕੂਲ ਸੀਗਾ ਉਸ ਵਿੱਚ ਹਾਕੀ ਬਹੁਤ ਵਧੀਆ ਖੇਡਦੇ ਸੀ ਅਤੇ ਸਾਰੇ ਲੋਕ ਉਹਨਾਂ ਦੀ ਗੇਮ ਨੂੰ ਬਹੁਤ ਜ਼ਿਆਦਾ ਪਿਆਰ ਵੀ ਕਰਦੇ ਸਨ। ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਕੁਲਦੀਪ ਮਾਣਕ ਸਾਹਿਬ ਦੇ ਫਿਲਮੀ ਕਰੀਅਰ ਦੀ। 1979 ਵਿੱਚ ਫਿਲਮ ਆਈ ਸੀ ਸਾਈਦਨ ਜੋਗਣ, ਜਿਹੜੀ ਕਿ ਬਹੁਤ ਜ਼ਿਆਦਾ ਹਿੱਟ ਹੋਈ ਸੀ, ਅਤੇ ਇਸ ਫਿਲਮ ਵਿੱਚ ਕੁਲਦੀਪ ਮਾਣਕ ਸਾਹਿਬ ਨੇ ਆਪਣਾ ਇੱਕ ਗਾਣਾ ਗਾਇਆ ਜਿਹੜਾ ਸੀ ਸਾਥੋਂ ਨਹੀਂ ਮੱਝਾਂ ਚਾਰ ਹੁੰਦੀਆਂ, ਜਿਹੜਾ ਬਹੁਤ ਹਿੱਟ ਹੋਇਆ ਸੀ। ਫਿਰ 1980 ਵਿੱਚ ਲੰਬੜਦਾਰਨੀ, ਇਸ ਵਿੱਚ ਉਹਨਾਂ ਦਾ ਸੌਂਗ ਸੀ ਯਾਰਾਂ ਦਾ ਟਰੱਕ ਵੱਲੀਏ। ਫਿਰ ਬਲਵੀਰੋ ਭਾਬੀ ਜਿਹੜੀ 1981 ਵਿੱਚ ਆਈ ਸੀ, ਇਸ ਫਿਲਮ ਵਿੱਚ ਮਾਣਕ ਸਾਹਿਬ ਨੇ ਐਕਟਿੰਗ ਵੀ ਕੀਤੀ, ਉਹਨਾਂ ਨੇ ਗਾਣੇ ਵੀ ਗਾਏ, ਅਤੇ ਜਿਹੜੀ ਫਿਲਮ ਬਹੁਤ ਜ਼ਿਆਦਾ ਹਿੱਟ ਹੋਈ ਸੀ। ਫਿਰ ਫਿਲਮ ਆਈ ਸੀ 1983 ਵਿੱਚ ਸੱਸੀ ਪੁੰਨੂ, ਜਿਸ ਵਿੱਚ ਮਾਣਕ ਸਾਹਿਬ ਨੇ ਗਾਣਾ ਗਾਇਆ ਸੀ ਅੱਜ ਧੀ ਇੱਕ ਰਾਜੇ ਦੀ, ਜਿਹੜਾ ਸੌਂਗ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਅਤੇ ਫਿਲਮ ਵੀ ਜਿਹੜੀ ਹਿੱਟ ਹੋਈ ਸੀ। ਦੋਸਤੋ ਫਿਰ 30 ਨਵੰਬਰ 2011 ਨੂੰ ਉਹ ਮੰਦਭਾਗਾ ਦਿਨ ਆਇਆ ਜਦੋਂ ਕੁਲਦੀਪ ਮਾਣਕ ਸਾਹਿਬ 60 ਸਾਲ ਦੀ ਉਮਰ ਵਿੱਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਅਤੇ ਆਪਣੇ ਲੱਖਾਂ ਕਰੋੜਾਂ ਫੈਨਸ ਨੂੰ ਛੱਡ ਕੇ ਚਲੇ ਗਏ ਇਸ ਸੰਸਾਰ ਤੋਂ। ਪਰ ਦੋਸਤੋ ਮੈਂ ਇੱਥੇ ਇੱਕ ਗੱਲ ਜ਼ਰੂਰ ਕਹੂੰਗਾ ਕਿ ਉਹ ਇਸ ਸੰਸਾਰ ਤੋਂ ਜ਼ਰੂਰ ਚਲੇ ਗਏ ਆ, ਪਰ ਉਹਨਾਂ ਦੇ ਜਿਹੜੇ ਗੀਤ ਆ, ਉਹਨਾਂ ਦੇ ਗਾਣੇ ਆ ਜਿਹੜੇ, ਉਹ ਹਮੇਸ਼ਾ ਅਮਰ ਰਹਿਣਗੇ ਅਤੇ ਉਹ ਰਹਿੰਦੀ ਦੁਨੀਆ ਤੱਕ ਉਹਨਾਂ ਦੇ ਗਾਣੇ ਇਸ ਸੰਸਾਰ ਵਿੱਚ ਸੁਣੇ ਜਾਣਗੇ। ਦੋਸਤੋ ਮੈਂ ਅੰਤ ਵਿੱਚ ਕੁਲਦੀਪ ਮਾਣਕ ਸਾਹਿਬ ਲਈ ਇਹੀ ਸ਼ਬਦ ਕਹਿਣੇ ਚਾਹੂੰਗਾ ਕਿ ਨਹੀਂ ਉਹ ਭੁੱਲਣਾ ਵਿਛੋੜਾ ਸਾਨੂੰ ਤੇਰਾ, ਸਾਰੇ ਦੁੱਖ ਭੁੱਲ ਜਾਣਗੇ। ਹਾਂਜੀ, ਵਾਕਿਆ ਹੀ ਅਸੀਂ ਉਹਨਾਂ ਨੂੰ ਕਦੇ ਨਹੀਂ ਭੁਲਾ ਸਕਦੇ। ਸੋ ਦੋਸਤੋ ਅੰਤ ਵਿੱਚ ਆਪਾਂ ਇਹੀ ਅਰਦਾਸ ਕਰਾਂਗੇ ਕਿ ਕੁਲਦੀਪ ਮਾਣਕ ਸਾਹਿਬ ਨੂੰ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਉਹਨਾਂ ਦੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖਣ, ਚੜ੍ਹਦੀ ਕਲਾ ਵਿੱਚ ਰੱਖਣ। ਅਤੇ ਦੋਸਤੋ ਮੈਂ ਤੁਹਾਨੂੰ ਇੱਕ ਰਿਕੁਐਸਟ ਜ਼ਰੂਰ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਅਜੇ ਤੱਕ ਵੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜਿਹੜਾ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ, ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਮਿੱਠਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ। ਇਸ ਤੋਂ ਬਿਨਾਂ ਆਪਣਾ ਬੌਲੀ ਹੌਲੀ ਬਾਬਾ ਦੇ ਨਾਮ ਦਾ ਫੇਸਬੁੱਕ 'ਤੇ ਪੇਜ ਬਣਿਆ, ਪਲੀਜ਼ ਉਹਨੂੰ ਵੀ ਜ਼ਰੂਰ ਲਾਈਕ ਕਰ ਲਓ। ਜੇ ਕੋਈ ਤੁਹਾਡਾ ਮੈਸੇਜ ਹੋਵੇ ਤੁਸੀਂ ਮੈਨੂੰ ਉੱਥੇ ਭੇਜ ਸਕਦੇ ਹੋ। ਇਸ ਤੋਂ ਬਿਨਾਂ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੁਸੀਂ ਇਸ ਵੀਡੀਓ ਦੇ ਨੀਚੇ ਕਮੈਂਟ ਕਰਕੇ ਵੀ ਦੱਸ ਸਕਦੇ ਹੋ। ਅਤੇ ਦੋਸਤੋ ਇੰਨੇ ਸ਼ਬਦਾਂ ਨਾਲ ਲੈਂਦੇ ਹਾਂ ਤੁਹਾਡੇ ਤੋਂ ਇਜਾਜ਼ਤ। ਤੁਸੀਂ ਹਮੇਸ਼ਾ ਖੁਸ਼ ਰਹੋ, ਤੰਦਰੁਸਤ ਰਹੋ। ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਤਰੱਕੀਆਂ ਬਖਸ਼ਣ। ਸਤਿ ਸ਼੍ਰੀ ਅਕਾਲ ਜੀ।